ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ, ਜਿਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ ਦੇ ਵਿੱਚ ਲਗਭਗ 1000 ਕਿਲੋਮੀਟਰ ਦੀ ਯਾਤਰਾ ਕਰਦਿਆਂ ਹੋਇਆਂ ਮਨੁੱਖਤਾ ਨੂੰ ਇੱਕ ਮਾਨਵਤਾ ਦਾ ਸੁਨੇਹਾ ਦਿੱਤਾ, ਵੱਖ ਵੱਖ ਥਾਵਾਂ 'ਤੇ ਜਾ ਕੇ ਪ੍ਰੇਮ, ਪਿਆਰ, ਮੁਹੱਬਤ ਦਾ ਸੁਨੇਹਾ ਦਿੱਤਾ, ਇੱਕ ਰੱਬ ਦੀ ਗੱਲ ਕੀਤੀ, ਹਿਊਮਨ ਰੇਸ ਐਜ਼ ਵਨ ਦਾ ਸੁਨੇਹਾ ਦਿੱਤਾ। ਅਤੇ ਅੱਜ ਸਾਨੂੰ ਪਤਾ ਲੱਗਿਆ ਕਿ ਵਾਕ ਟੂ ਸੇਵ ਦਾ ਜਿਹੜਾ ਉਪਰਾਲਾ ਕਲਗੀਧਰ ਟਰੱਸਟ ਨੇ ਕੀਤਾ ਹੈ, ਬੜੂ ਸਾਹਿਬ ਨੇ, ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਹਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਤਕਰੀਬਨ 28,000 ਕਿਲੋਮੀਟਰ 28 ਦਿਨਾਂ ਦੇ ਵਿੱਚ ਅਸੀਂ ਤੈਅ ਕਰਨਾ ਹੈ। ਅਤੇ ਇਹ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ, ਜਿਹਦੇ ਵਿੱਚ ਸਾਡੀ ਸਿਹਤ ਦਾ ਸੁਨੇਹਾ ਜਾਂਦਾ ਹੈ, ਅਤੇ ਅਸੀਂ ਆਪਣੀ ਦਸਤਾਰ ਦਾ ਸੁਨੇਹਾ ਵੀ ਨਾਲ ਦੇ ਨਾਲ ਅਸੀਂ ਦੇ ਸਕਦੇ ਹਾਂ। ਅਤੇ ਇਹ ਅਸੀਂ ਸਾਰੇ ਮਿਲ ਕੇ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਜਿਹੜਾ ਹੈ ਇੱਕ ਵਾਕ ਦੇ ਵਿੱਚ ਕੰਟਰੀਬਿਊਟਰੀ ਅਸੀਂ ਕਰਨਾ ਹੈਗਾ। ਇਹ ਜਿਹੜੀ ਵਾਕ ਹੈਗੀ ਹੈ 1 ਅਗਸਤ ਤੋਂ ਲੈ ਕੇ 28 ਅਗਸਤ ਤੱਕ 28 ਦਿਨਾਂ ਦੇ ਵਿੱਚ ਕੰਪਲੀਟ ਕਰਨੀ ਹੈ। ਅਤੇ ਸਾਰਿਆਂ ਨੂੰ ਇੱਕ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਬੜੂ ਸਾਹਿਬ ਟਰੱਸਟ ਵੱਲੋਂ ਕਿ ਉਹ ਜੀ ਆਇਆਂ, ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਨੇ, ਅਤੇ ਇਸ ਮੁਹਿੰਮ ਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਅਤੇ ਆਪਣਾ ਆਪਣਾ ਇੱਕ ਕੰਟਰੀਬਿਊਟਰੀ ਹਿੱਸਾ ਪਾਉਣਾ। ਅਤੇ ਅਸੀਂ ਟਰਬਨੇਟਰਸ ਦਾ ਪੈਲਟਸ ਵੱਲੋਂ, ਜਿਹੜਾ ਕਿ ਇੱਕ ਸਾਈਕਲਿੰਗ ਗਰੁੱਪ ਹੈਗਾ, ਅਸੀਂ ਵੀ ਇਹਦੇ ਵਿੱਚ ਇੱਕ ਆਪਣਾ ਹਿੱਸਾ, ਯੋਗਦਾਨ ਪਾਉਣਾ ਚਾਹ ਰਹੇ ਹਾਂ। ਗੁਰੂ ਸਾਹਿਬ ਦੀ ਕਿਰਪਾ, ਬਹੁਤ ਸਦਕਾ, ਪ੍ਰੇਮ ਪਿਆਰ, ਅਸੀਂ ਇਸ ਮੁਹਿੰਮ ਦੇ ਵਿੱਚ ਹੀ ਆਪਣਾ ਇੱਕ ਹਿੱਸਾ ਪਾਉਣਾ ਚਾਹੁੰਦੇ ਹਾਂ, ਤਾਂ ਕਿ ਅਸੀਂ ਸਾਰਿਆਂ ਨੂੰ ਹੋਰਾਂ ਨੂੰ ਪ੍ਰੇਰਿਤ ਕਰ ਸਕੀਏ ਔਰ ਸਿਹਤ ਸਰੂਪ ਦੀ ਸੰਭਾਲ ਦਾ ਸੁਨੇਹਾ ਇਸ ਪੂਰੇ ਜਗਤ ਨੂੰ ਦੇਈਏ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਕੀਤੀਆਂ ਅਤੇ ਵੱਖ ਵੱਖ ਥਾਵਾਂ 'ਤੇ ਗਏ, ਉਹਨਾਂ ਦਾ ਵੀ ਇੱਕ ਇਨਡਾਇਰੈਕਟ ਸੁਨੇਹਾ ਸੀਗਾ, ਜਿਹੜਾ ਕਿ ਉਹਨਾਂ ਨੇ ਵਾਕ ਕਰਕੇ ਇੰਨੇ 1000 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕੀਤਾ ਹੈਗਾ। ਅਤੇ ਇੱਕ ਫਿਟਨੈਸ ਦਾ ਸੁਨੇਹਾ ਵੀ ਉਹਨਾਂ ਨੇ ਇੱਕ ਇਨਡਾਇਰੈਕਟ ਰੂਪ ਦੇ ਵਿੱਚ ਸਮਾਜ ਨੂੰ ਦਿੱਤਾ ਹੈ, ਅਤੇ ਸਾਨੂੰ ਉਹ ਇੱਕ ਅਡੋਪਟ ਕਰਨਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਅਸੀਂ ਅੱਜ ਕੋਵਿਡ-19 ਦੇ ਸਮੇਂ ਦੇ ਵਿੱਚ ਦੇਖ ਰਹੇ ਹਾਂ, ਮਨੁੱਖਤਾ ਦੇ ਉੱਤੇ ਇੱਕ ਮਾਨਸਿਕ ਔਰ ਸਰੀਰਕ ਪਰੇਸ਼ਾਨੀਆਂ ਆ ਰਹੀਆਂ ਨੇ, ਅਤੇ ਅਸੀਂ ਉਹਨਾਂ ਨੂੰ ਵੀ ਇਸ ਵਾਕ ਦੇ ਰਾਹੀਂ ਔਰ ਫਿਟਨੈਸ ਦੇ ਹੋਰ ਉਪਰਾਲੇ ਕਰਕੇ ਅਸੀਂ ਉਹਨਾਂ ਦਾ ਵੀ ਸਮਾਧਾਨ ਕਰ ਸਕਦੇ ਹਾਂ। ਅਸੀਂ ਟਰਬਨੇਟਰਸ ਦਾ ਪੈਲਟਸ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਬੀਬੀਆਂ, ਮਾਈਆਂ, ਭਾਈਆਂ, ਸਾਰੇ ਇਸ ਉਪਰਾਲੇ ਦੇ ਵਿੱਚ ਆਪਣਾ ਇੱਕ ਹਿੱਸਾ ਪਾਓ। ਟਰਬਨੇਟਰਸ ਦਾ ਪੈਲਟ ਸਾਈਕਲਿੰਗ ਗਰੁੱਪ ਵੱਲੋਂ ਅਸੀਂ ਸਾਰਿਆਂ ਨੂੰ ਇੱਕ ਖੁੱਲ੍ਹਾ ਸੱਦਾ ਦਿੰਦੇ ਹਾਂ, ਤਾਂ ਕਿ ਉਹ ਵੀ ਇਸ ਮੁਹਿੰਮ ਦਾ ਇੱਕ ਸ਼ਮੂਲੀਅਤ ਕਰਨ ਵਾਲਾ ਇੱਕ ਹਿੱਸਾ ਬਣਨ। ਜਿਵੇਂ ਅਸੀਂ ਵੀਕਐਂਡ ਦੇ ਉੱਪਰ ਅਸੀਂ ਸਾਈਕਲਿੰਗ ਕਰਦੇ ਹਾਂ, ਅਤੇ ਅਸੀਂ ਨਾਲ ਦੇ ਨਾਲ ਅਸੀਂ ਵਾਕ ਵੀ ਕਰਾਂਗੇ, ਔਰ ਸਾਰੀ ਟੀਮ ਸਾਡੀ ਇੱਕ ਇਸ ਮੁਹਿੰਮ ਦੇ ਵਿੱਚ ਆਪਣਾ ਇੱਕ ਹਿੱਸਾ ਔਰ ਯੋਗਦਾਨ ਪਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਵਿੱਚ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਲਈ ਤਕਰੀਬਨ 28,000 ਕਿਲੋਮੀਟਰ ਦੀ ਯਾਤਰਾ ਕੀਤੀ। ਕਲਗੀਧਰ ਟਰੱਸਟ ਬੜੂ ਸਾਹਿਬ ਇੱਕ ਵਿਸ਼ਵ ਵਿਆਪੀ ਚੁਣੌਤੀ ਲੈ ਕੇ ਆਇਆ ਹੈ, ਵਾਕ ਟੂ ਸੇਵ, ਜਿਸ ਵਿੱਚ ਸਾਰਿਆਂ ਨੇ ਇੱਕਜੁੱਟ ਹੋ ਕੇ 1 ਅਗਸਤ ਤੋਂ 28 ਅਗਸਤ 2020 ਤੱਕ 28 ਦਿਨਾਂ ਵਿੱਚ 28,000 ਕਿਲੋਮੀਟਰ ਪੈਦਲ ਯਾਤਰਾ ਕਰਨੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਸਿਧਾਂਤਾਂ ਨੂੰ ਫੈਲਾਈਏ। ਸੋ ਹਿੱਸਾ ਬਣਨ ਲਈ ਹੁਣੇ ਮੁਫ਼ਤ 'ਚ ਬੜੂ ਨੈੱਟ ਐਪ ਡਾਊਨਲੋਡ ਕਰਕੇ ਰਜਿਸਟਰ ਕਰੋ ਅਤੇ ਹੋਰਾਂ ਨੂੰ ਵੀ ਜੋੜੋ।